ਸਾਰੇ ਸੱਜਣਾ ਤੇ ਬੇਲੀਆਂ ਨੂੰ ਸਲਾਮ ਅੱਜ ਮੈਂ ਤੁਹਾਡੇ ਨਾਲ ਇਹ ਗੱਲ ਕਰਨਾ ਚਾਹਨਾ ਕਿ ਪੰਜਾਬ ਦੇ ਵਿੱਚ ਲੈਂਦੇ ਹੋ ਚੜਦੇ ਦੋਹਾਂ ਵਿੱਚ ਨੌਜਵਾਨਾਂ ਦੀ ਬਹੁਤ ਵੱਡੀ ਤਾਦਾਦ ਹੈ ਇਸ ਟਾਈਮ ਸਾਡੀ ਆਬਾਦੀ ਦਾ ਸਭ ਤੋਂ ਵੱਡਾ ਹਿੱਸਾ ਸਾਡੇ ਨੌਜਵਾਨ ਨੇ ਨਦੀ ਉਮਰ ਜਿਹੜੀ ਹੈ ਉਹ 16 ਸਾਲ ਤੋਂ ਲੈ ਕੇ 30 ਸਾਲ ਦੇ ਦਰਮਿਆਨ ਵਿੱਚ ਇਹ ਨੌਜਵਾਨ ਜ਼ਿਆਦਾਤਰ ਸਾਡੇ ਮਾਹੌਲ ਤੋਂ ਮਜੂਸ ਹੋ ਕੇ ਤੇ ਬਾਹਰ ਜਾਣਾ ਚਾਹੁੰਦੇ ਕਿਉਂ ਜਾਣਾ ਚਾਹੁੰਦੇ ਨੇ ਕਿਉਂ ਕਿਉਂਕਿ ਇਹ ਮਾਹੌਲ ਉਹਨਾਂ ਨੂੰ ਨਾ ਤੇ ਰੋਜ਼ਗਾਰ ਦੇ ਪੂਰੇ ਮੌਕੇ ਦੇ ਰਿਹਾ ਨਾ ਆਪਣੇ ਸਲਾਈਏ ਤੁਹਾਨੂੰ ਇਸਤੇਮਾਲ ਕਰਨ ਦੇ ਪੂਰੇ ਮੌਕੇ ਦੇ ਰਿਹਾ ਉਹ ਕੰਮ ਕਰਨਾ ਚਾਹੁੰਦੇ ਨੇ ਸੌਰਕਾਪਟਾ ਨੇ ਜਿਹੜੀ ਬਗੈਰ ਯਕੀਨੀ ਸੂਰਤ ਇਹ ਹਾਲ ਹੈ ਖਾਸ ਤੌਰ ਤੇ ਲਹਿੰਦੇ ਪੰਜਾਬ ਦੇ ਵਿੱਚ ਜਿਹੜਾ ਇਕਨੋਮਿਕ ਕ੍ਰਾਈਸਿਸ ਆਇਆ ਉਹਦੀ ਵਜ੍ਹਾ ਨਾਲ ਲੋਕ ਜੱਥੇ ਬਣਾ ਬਣਾ ਕੇ ਬਾਹਰ ਜਾ ਰਹੇ ਨੇ ਤੇ ਲੋਕ ਬਾਹਰ ਜਾਣ ਲਈ ਹਰ ਹੀਲਾ ਵਸੀਲਾ ਇਸਤੇਮਾਲ ਕਰਦੇ ਨੇ ਏਜੰਟਾਂ ਦੇ ਹੱਥ ਲੱਗ ਜਾਂਦੇ ਨੇ ਤੇ ਉਹ ਆਖਰਕਾਰ ਯੂਨਾਨ ਦੇ ਸਾਹਲਾਂ ਤੇ ਕਸ਼ਤੀਆਂ ਦੇ ਵਿੱਚ ਪਹੁੰਚਦੇ ਨੇ ਤੇ ਕਦੀ ਕਦੀ ਤੋੜ ਵੀ ਨਹੀਂ ਪਹੁੰਚਦੇ ਨੌਜਵਾਨ ਬੱਚੇ ਕੁੜੀਆਂ ਵੀ ਮੁੰਡੇ ਵੀ ਇਹਦਾ ਸ਼ਿਕਾਰ ਹੋ ਰਹੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਾਂਗਾ ਕਿ ਆਪਣੇ ਬੱਚਿਆਂ ਨੂੰ ਹੌਨਰ ਦਿਓ تعلیم ਦਿਓ ਤੇ ਉਹਦੇ ਬਾਅਦ ਜਾਇਜ਼ ਤਰੀਕੇ ਨਾਲ ਅਗਰ ਉਹ ਬਾਹਰ ਜਾਣਾ ਚਾਹੁੰਦੇ ਨੇ ਤੇ ਉਹਨਾਂ ਦੀ ਮਦਦ ਕਰੋ ਕਿ ਉਹ ਬਾਹਰ ਜਾ ਸਕਣ ਇਹ ਕੋਈ ਤਰੀਕਾ ਨਹੀਂ ਹੈ ਕਿ ਉਹ ਡੰਕੀ ਲਾ ਕੇ ਤੇ ਨਿਕਲ ਜਾਂਦੇ ਨੇ ਤੇ ਉਹਦੇ ਬਾਅਦ ਸਾਨੂੰ ਵੀ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਪਹੁੰਚਣਗੇ ਤੇ ਕਦੀ ਕਦੀ ਸਿਰਫ ਖਬਰ ਹੀ ਹੁੰਦੀ ਕਈ ਕਈ ਸਾਲ ਰੁੱਲਦੇ ਨੇ ਕੰਟੇਨਰਾਂ 'ਚ ਰਹਿਣਾ ਪੈਂਦਾ ਹੈ ਹੱਬਸੇ ਬੇਜਾ 'ਚ ਰਹਿਣਾ ਪੈਂਦਾ ਹੈ ਚੰਗੇ ਮਾੜੇ ਹਾਲਾਤ 'ਚ ਜੰਗਲਾ 'ਚ ਰਹਿਣਾ ਪੈਂਦਾ ਕੋਈ ਤੋੜ ਪਹੁੰਚਦਾ ਕੋਈ ਨਹੀਂ ਪਹੁੰਚਦਾ ਉਹ ਬੱਚੇ ਸਾਡੀ ਬਤੌਰ ਮੁਆਸ਼ਰਾ ਜ਼ਿੰਮੇਦਾਰੀ ਨੇ ਇਸ ਵਾਸਤੇ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਉਹਨਾਂ ਨੂੰ 12ਵੀਂ ਤੱਕ ਦੀ تعلیم ਤੇ ਲਾਜ਼ਮੀ ਦਿਓ ਤੇ ਉਹਦੇ ਬਾਅਦ ਕੋਈ ਨਾ ਕੋਈ ਹੁਨਰ ਸਿੱਖਣ ਇੰਨਾ ਕਿ ਉਹ ਦੂਜੇ ਮੁਲਕ 'ਚ ਜਾ ਕੇ ਉੱਥੇ ਬਇਜ਼ਤ ਤਰੀਕੇ ਨਾਲ ਐਂਟਰ ਹੋਣ ਲਈ ਤੇ ਬਇਜ਼ਤ ਤਰੀਕੇ ਨਾਲ ਰੋਜ਼ਗਾਰ ਕਮਾਉਣ ਲਈ ਤਿਆਰ ਹੋ ਦੂਜੀ ਬੇਨਤੀ ਮੈਂ ਆਪਣੀ ਸਰਕਾਰ ਤੋਂ ਵੀ ਕਰਾਂਗਾ ਸਾਡੇ ਕੋਲ ਜਵਾਨ ਵਰਕ ਫੋਰਸ ਹੈ ਲੇਕਿਨ ਕੰਮ ਦੇ ਮੌਕੇ ਕੋਈ ਨਹੀਂ ਜੇ ਕੋਈ ਕੰਮ ਕਰਨਾ ਵੀ ਚਾਹਦਾ ਤੇ ਉਹਨੂੰ ਇੰਨੀਆਂ ਕੋ ਰੁਕਾਵਟਾਂ ਦੱਸੀਆਂ ਜਾਂਦੀਆਂ ਨੇ ਸਰਕਾਰੀ ਮਹਿਕਮਿਆਂ ਵੱਲੋਂ ਕਿ ਉਹ ਹੱਥ ਖੜੇ ਕਰ ਜਾਂਦੇ ਜਦੋਂ ਮੈਂ ਕੰਮ ਹੀ ਨਹੀਂ ਕਰਦਾ ਕੋਸ਼ਿਸ਼ ਕਰੋ ਟਾਊਨ ਬਣਾਉਣ ਨਾਲ ਹਾਊਸਿੰਗ ਸਕੀਮਾਂ ਬਣਾ ਬਣਾ ਕੇ ਜ਼ਰੇਈ ਰਕਬਿਆਂ ਦਾ ਅਗਮਰਨ ਨਾਲੋਂ ਫੈਕਟਰੀਆਂ ਤੇ ਕਾਰਖਾਨੇ ਲਾਓ ਛੋਟੀਆਂ ਸੰਤਾਂ ਦੇ ਵੀ ਵੱਡੀਆਂ ਸੰਤਾਂ ਦੇ ਵੀ ਤਾਂ ਕਿ ਉਹਨਾਂ ਪਿੰਡਾਂ ਦੇ ਲੋਕਾਂ ਨੂੰ ਰੋਜ਼ਗਾਰ ਮਿਲੇ ਰੋਜ਼ਗਾਰ ਮਿਲੇਗਾ ਤੇ ਰਕਬਾ ਵੇਚਣ ਤੋਂ ਰੁਕੇ ਰਹਿਣਗੇ ਜਦੋਂ ਉਹਨਾਂ ਕੋਲ ਉਹਨਾਂ ਨੇ ਆਪਣੀ ਕਣਕ ਦਾ ਉਹਨਾਂ ਨੂੰ ਮੁੱਲ ਨਹੀਂ ਪਾਇਨਾ ਕਪਾਹ ਉਹਨਾਂ ਨੂੰ ਘਾਟੇ 'ਚ ਜਾ ਰਹੀ ਝੋਨਾ ਉਹਨਾਂ ਨੂੰ ਘਾਟੇ 'ਚ ਜਾ ਰਿਹਾ ਹਰ ਚੀਜ਼ ਉਹਨਾਂ ਵਾਸਤੇ ਤੁਸੀਂ ਮਹਿੰਗੀ ਕਰ ਦਿੱਤੀ ਉਹਨਾਂ ਨੇ ਉਹਨਾਂ ਵਾਸਤੇ ਵਾਹਿਦ ਰਸਤਾ ਹੋਈ ਹੈ ਕਿ ਉਹ ਜ਼ਮੀਨ ਵੇਚਣ ਕਰੋੜਾਂ ਰੁਪਏ ਲੈਣ ਸ਼ਹਿਰ ਚ ਇੱਕ ਕੋਠੀ ਪਾਉਣ ਤੇ ਉਹ ਕਿਰਾਏ ਤੇ ਦੇ ਦੇਣ ਤੇ ਦੂਜੀ ਕੋਠੀ ਚ ਰਹਿਣਾ ਸ਼ੁਰੂ ਕਰ ਦੇ। ਉਦੇਪੁਰ ਟਾਊਨ ਤੇ ਟਾਊਨ ਚੜੀ ਜਾ ਰਿਹਾ। ਕੋਸ਼ਿਸ਼ ਕਰੋ ਕਿ ਉਹਨਾਂ ਨੂੰ ਰੋਜ਼ਗਾਰ ਦੇ ਮਤਬਦਲ ਮੌਕੇ ਫਰਾਮ ਕਰਾਏ ਜਾਣ ਤਾਂ ਕਿ ਉਹ ਜੋ ਘਰ ਚੱਲਦਾ ਰਹੇਗਾ ਤੇ ਉਹ ਰਕਵੇ ਵੇਚਣ ਤੋਂ ਰੁਕੇ ਰਹਿਣਗੇ। ਦੂਸਰੀ ਗੱਲ ਹੈ ਕਿ ਉਹ ਆਪਣੇ ਮੁਲਕ ਚ ਵੀ ਰਹਿਣਗੇ। ਤੇ ਉਹਨਾਂ ਨੂੰ ਰੋਜ਼ਗਾਰ ਇੱਥੇ ਮਿਲੇ। ਅਮਨਾਮਾ ਮਿਲੇ। ਜਿਉਨਾਂ ਨੂੰ ਅੱਛੀ ਖੁਰਾਕ ਮਿਲੇ ਅੱਛੀਆਂ ਤਾਲੀਮੀ ਸਹੂਲਤਾਂ ਆਪਣੇ ਬੱਚਿਆਂ ਲਈ ਮਿਲਣ ਕੌਣ ਬਾਹਰ ਜਾਣਾ ਚਾਹੁੰਦਾ ਐ ਨਹੀਂ ਹੈ ਕਿ ਸਾਰੇ ਲੋਕ ਸਿਰਫ ਪੈਸੇ ਦੀ ਬਾਹਰ ਜਾ ਰਹੇ ਕੁਝ ਲੋਕੀ ਸੋਸ਼ਲ ਸਿਕਿਉਰਿਟੀ ਲਈ ਬਾਹਰ ਜਾ ਰਹੇ ਉਹਨਾਂ ਦਾ ਜ਼ਿਹਨ 'ਚ ਇਹ ਗੱਲ ਆ ਗਈ ਹੈ ਕਿ ਉਹਨਾਂ ਦੇ ਬੱਚਿਆਂ ਦਾ ਇੱਥੇ ਮਸਤਕਬਲ ਮਹਿਫੂਜ਼ ਨਹੀਂ ਕਿਸੇ ਵੀ ਸਰਕਾਰ ਵਾਸਤੇ ਇਹ ਗੱਲ ਬੜੀ ਤਸ਼ਵੀਸ਼ਨਾਕ ਹੈ ਬੜੀ ਸੋਚਣ ਦਾ ਮਕਾਮ ਹੈ ਕਿ ਬੱਚੇ ਇਹ ਸੋਚਣ ਲੱਗ ਪੈਣ कि अगली नस्ल इतने महफूज़ नहीं है फिक्री तौर तो मुआशी तौर तो अखलाकी तौर पर तो ते मैं सब लोगों कहूँगा कि अव्वल तो कोशिश करो कि असी इस मुआशरे अपने रहने लिए बेहतर बनाईए तो जो नहीं तो बहर जा अगर अपने बच्चों तुम तैयार कर दे, तो कोशिश करो कि वो जैज़ तरीक़ना जा जिंदगी समरे सारी उम्र का पछतावा ना हो बहुत शुक्रिया जी rabaraka